ਇਹ ਕਹਿ ਰਹੇ ਆ ਪਰ ਚੱਕਰ ਕੀ ਆ ਵੀ ਜਿਹੜੇ ਬਾਕੀ ਕਲਾਕਾਰ ਨੇ ਉਹ ਕਹਿੰਦੇ ਨਹੀਂ ਵੀ ਅਸੀਂ ਨਹੀਂ ਹੈਗੇ ਉਹਨਾਂ ਨੂੰ ਇ tanto ਲੱਗਦਾ ਇੱਕ ਚੀਜ਼ ਕਹਿਣ ਚ ਉਹਨਾਂ ਦੀ ਬੇਇੱਜ਼ਤੀ ਹੈ ਨਹੀਂ ਬੇਇੱਜ਼ਤੀ ਨਹੀਂ ਹੈਗੀ ਇਹ ਕਹਿਣ ਚ ਅ ਬਾਕੀ ਕਹਿੰਦੇ ਜਾਂ ਮੈਂ ਆਪਣੀ ਹੱਕ ਤੇ ਥਾਪੀ ਮਾਰ ਕੇ ਕਦੇ ਨਹੀਂ ਕਿਹਾ ਵੀ ਮੈਂ ਹੀ ਆ ਜੋ ਵੀ ਹਾਂ ਮੈਂ ਕਹਣਾ ਮੈਨੂੰ ਬਣਾਉਣ ਵਾਲਾ ਵਾਹਿਗੁਰੂ ਆ ਮੈਨੂੰ ਬਣਾਉਣ ਵਾਲੇ ਮੇਰੇ ਕਰਦੇ ਨੇ ਮੈਨੂੰ ਬਣਾਉਣ ਵਾਲੇ ਆਡੀਅנס ਆ ਮੈਂ ਆਪ ਕੁਛ ਨਹੀਂ ਹੈਗਾ ਮੈਂ ਆਪ ਨਹੀਂ ਬਣਿਆ ਮੈਨੂੰ ਬਣਾਇਆ ਗਿਆ ਅ ਮੈਂ ਇਹ ਨਹੀਂ ਕਦੇ ਕਹਿੰਦਾ ਹੁੰਦਾ ਵੀ ਮੈਂ ਆਪਣੇ ਧੰਮ ਤੇ ਬਣਿਆ ਜੀ ਜਾਂ ਮੈਂ ਚੱਲਿਆ ਤਾਂ ਮੈਂ ਹੀ ਚੱਲਿਆ ਮੈਂ ਮੇਰਾ ਜੋ ਜੀ ਕਰਦਾ ਮੈਂ ਕਰੂੰਗਾ ਨਹੀਂ ਕਰੂੰ ਜੇ ਮੈਨੂੰ ਕਿਸੇ ਨੇ 2 ਮਿੰਟ ਚ ਥੱਲੇ ਲੋਣਾ ਤਾਂ ਅਗਲੇ ਨੇ ਲਾ ਦੇਣਾ ਮੈਂ ਮੈਂ ਸਰੋਤਿਆਂ ਦਾ ਮੈਂ ਆਪ ਦਾ ਥੋੜੀਆਂ ਹਨਾ ਮੈਂ ਆਡੀਅנס ਦਾ ਸੋ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਅਸੀਂ ਕੋਈ ਬਦਮਾਸ਼ ਨਹੀਂ ਹੈਗੇ ਅਸੀਂ ਸਿਰਫ ਲਿਖਣ ਵਾਲਿਆ ਮੈਂ ਆਮ ਜਿਹਾ ਇਨਸਾਨ ਹਾਂ ਹਾਂ ਜੇ ਕੋਈ ਮੂਰਿਆਂ ਔਖਾ ਹੁੰਦਾ ਜਾਂ ਮੇਰੇ ਨਾਲ ਕੋਈ ਆਪਣੀ ਬੇਇਨਸਾਫੀ ਕਰਦਾ ਤਾਂ ਕੁਝ ਹੁੰਦਾ ਤਾਂ ਮੈਨੂੰ ਆਵਾਜ਼ ਉਠਾਉਣਾ ਮੈਨੂੰ ਆਉਂਦਾ ਮੈਨੂੰ ਆਪਣੇ ਹੱਕਾਂ ਲਈ ਖੜਨਾ ਆਉਂਦਾ ਪਰ ਮੈਂ ਬਦਮਾਸ਼ ਨਹੀਂ ਹੈਗਾ ਮੈਂ ਜਾਂ ਕੋਈ ਗੁੰਡਾ ਨਹੀਂ ਹੈਗਾ ਇਹ ਮੈਂ ਜ਼ਰੂਰ ਕਰਨਾ ਉਸ ਲਈ ਇੱਕ ਗੀਤਕਾਰ ਹੈ ਤੇ ਇੱਕ ਸਿੰਗਰ ਹੈ ਕੋਈ ਬਦਮਾਸ਼ ਜਾਂ ਗੁੰਡਾ ਜਾਂ ਫੁਕਰਾ ਨਹੀਂ ਹੈਗਾ ਮੈਂ ਸਿਰਫ ਆਪਣਾ ਕੰਮ ਕਰ ਰਿਹਾ ਮੇਰਾ ਉਹਦੇ ਤੇ ਫੋਕਸ ਹੈ ਦੈਟਸ ਇਟ ਮੈਂ ਸਿਰਫ ਚਾਹੁੰਦਾ ਮੈਂ ਜੇ ਮੈਂ ਜੇ ਇਦਾਂ ਦੇ ਗਾਣੇ ਲਿਖੇ ਨੇ ਵੀ ਜੱਟ ਦੀਆਂ ਦਿੱਤੀਆਂ ਬਣਾ ਕੇ ਚਾਹ ਜਾਂ ਜਿਹੜਾ ਜੋ ਵੀ ਜਾਂ ਮੈਂ ਇਦਾਂ ਦੇ ਗਾਣੇ ਲਿਖੇ ਵੀ ਪਾਪੀਆਂ ਦੇ ਲੈਣਾ ਡ੍ਰੀਮ ਬਲੀਏ ਤਾਂ ਮੈਂ ਇਦਾਂ ਦੇ ਗਾਣੇ ਵੀ ਲਿਖੇ ਨੇ ਵੀ ਇੱਕ ਤੋਂ ਇੱਕ ਨੇ ਰਹੇ ਜੋ ਵਿਕਨੇ ਪੈਸੇ ਨੇ ਪਾਤੇ ਜੀ ਯਾਰਾਂ ਚ ਫੇਕਨੇ ਬੇਬੇ ਬਾਪੂ ਨੂੰ ਟਾਈਮ ਜੀ ਦੇ ਦੋ ਮੈਂ ਮਿਲਣਾ ਚਾਹੁੰਦਾ ਮਿਲ ਨਹੀਂ ਪਾਇਆ ਮੈਂ ਇਦਾਂ ਦੇ ਗਾਣੇ ਵੀ ਲਿਖੇ ਨੇ ਮੈਂ ਇਦਾਂ ਦੇ ਗਾਣੇ ਵੀ ਲਿਖੇ ਨੇ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਮੈਂ ਸਾਰਾ ਕੁਝ ਲਿਖਿਆ ਸੋ ਥੋੜਾ ਜਿਹਾ ਉਹ ਚੀਜ਼ਾਂ ਵੱਲ ਵੀ ਧਿਆਨ ਦਿਆ ਕਰੋ ਜੇ ਇਹ ਵੀ ਤੁਸੀਂ ਇੰਜੋਏ ਕਰਦੇ ਹੋ ਪਰ ਮੈਨੂੰ ਇਹ ਪੱਕਾ ਪਤਾ ਵੀ ਜਿਹੜੇ ਮੈਂ ਦੂਜੇ ਕਰਦਾ ਵੀ ਪਾਪੀ ਦੇ ਲੈਣਾ ਡ੍ਰੀਮ ਬਲੀਏ ਉਹ ਤੁਸੀਂ ਜ਼ਿਆਦਾ ਇੰਜੋਏ ਕਰਦੇ ਹੋ ਕਿਉਂਕਿ ਮੇਰਾ YouTube ਦਾ ਰੈਵਨਿਊ ਮੇਰੇ ਕੋਲ ਆ ਮੈਨੂੰ ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਚੱਲ ਰਹੀ ਆ ਸੋ ਮੈਂ ਤਾਂ ਆਬਵੀਸਲੀ ਉਹੀ ਚੀਜ਼ ਕਰੂੰਗਾ ਜੀ ਮੇਰੇ ਜਵਾਬ ਵੀ ਹੋਣਗੇ ਹਾਂ ਬਿਲਕੁਲ ਔਰ ਇਹ ਜਿਹੜੀ ਆਈ ਹੈਵ ਟੂ ਐਡਰੈਸ ਦੀ ਐਲੀਫੈਂਟ ਇਨ ਦਾ ਰੂਮ ਕਿਉਂਕਿ ਇਹ ਜਿਹੜਾ ਟੌਪਿਕ ਹੈ ਜੇ ਨਾ ਗੱਲ ਕਰੂੰਗੀ ਤਾਂ ਵੀ ਮੈਨੂੰ ਸੁਨੇਹੇ ਆਉਣਗੇ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਮੂਸੇ ਵਾਲੇ ਦੇ ਫੈਨਸ ਜਿਹੜੇ ਨੇ ਉਹ ਨਾਰਾਜ਼ ਹੋ ਜਾਂਦੇ ਜੀ ਕਰਨ ਔਜਲਾ ਦਾ ਗਾਣਾ ਲਾਓ ਜੇ ਉਹਨਾਂ ਦਾ ਗਾਣਾ ਲਾਓ ਤਾਂ ਤੁਹਾਡੇ ਫੈਨਸ ਨਾਰਾਜ਼ ਹੋ ਜਾਂਦੇ ਜੇ ਤੁਹਾਡਾ ਗਾਣਾ ਲਾਓ ਤੇ ਉਹਨਾਂ ਦੇ ਫੈਨਸ ਨਾਰਾਜ਼ ਹੋ ਜਾਂਦੇ ਇਹ ਅਸੀਂ ਅੱਜ ਗੱਲ ਕਰ ਰਹੇ ਸੀ ਆਫਿਸ ਦੇ ਵਿੱਚ ਕਿ ਇਹ ਕੋਈ ਪਬਲਿਸਿਟੀ ਵਾਸਤੇ ਤਾਂ ਨਹੀਂ ਕੀਤਾ ਜਾ ਰਿਹਾ ਕਿ ਹੋ ਸਕਦਾ ਕਿ ਇਹਨਾਂ ਦੋਵਾਂ ਨੇ ਕੋਲਾਬੋਰੇਸ਼ਨ ਕਰਨੀ ਹੋਵੇ ਫਿਊਚਰ ਦੇ ਵਿੱਚ ਉਹਦੇ ਵਾਸਤੇ ਬਿਲਡ ਅਪ ਕਰ ਰਹੇ ਹੋਣ ਕੁਝ ਨਾ ਕੁਝ ਵਧੀਆ ਹੋਣ ਵਾਲਾ ਵੱਡਾ ਹੋਣ ਵਾਲਾ ਤੇ ਉਹਦੇ ਵਾਸਤੇ ਸਾਰੀ ਪਬਲਿਸਿਟੀ ਹੈ ਪਬਲਿਸਿਟੀ ਦਾ ਕੋਈ ਨਹੀਂ ਜੀ ਆਪਣੇ ਵੱਲੋਂ ਦਾ ਕੋਈ ਪਬਲਿਸਿਟੀ ਨਹੀਂ ਹੈਗੀ ਬਲ ਆਪਣਾ ਤਾਂ ਇਦਾਂ ਹੀ ਆ ਵੀ ਜਦ ਕੋਈ ਬੰਦਾ ਥੋੜਾ ਜਿਹਾ ਅਗਲੇ ਨੂੰ ਇਦਾਂ ਹੋ ਜਾਂਦਾ ਨਾ ਥੋੜਾ ਇੰਟਰਸਟਮੈਂਟ ਕਰ ਲੈਂਦੇ ਵੀ ਇਹਨਾਂ ਦਾ ਕਿਡਾ ਕੋਈ ਹੈਗਾ ਨਾ ਕੋਈ ਇੰਡੀਆ ਨਾ ਇੱਥੇ ਆ ਵੀ ਉਹੀ ਰੋਲ ਦਾਂਗੇ ਆ ਕਰ ਲਾਂਗੇ ਇਦਾਂ ਨਹੀਂ ਕੋਈ ਰੋਲਦਾ ਹੁੰਦਾ ਇਹ ਸਿਰਫ ਵਾਹਿਗੁਰੂ ਸੱਚਾ ਪਾਸ਼ਾ ਪਰਮਾਤਮਾ ਹੈ ਜੀ ਨੇ ਰੋਲਣਾ ਸਾਨੂੰ ਕੋਈ ਬੰਦੇ ਦੀ ਜ਼ਮੀਰ ਨਹੀਂ ਹੈਗੀ ਕਿ ਟੀਵੀ ਸਾਨੂੰ ਕੋਈ ਆ ਕੇ ਰੋਲ ਦੂਗਾ ਇਹ ਤਾਂ ਰੱਬ ਹੀ ਕਰਨ ਵਾਲਾ ਜਦ ਤਨ ਕੁਝ ਹੋਣਾ ਹੋ ਜਾਣਾ ਇਨ ਕੋਈ ਨਹੀਂ ਰੋਕ ਸਕਦਾ ਪਰ ਮੈਨੂੰ ਇਨਾ ਮੇਰੇ ਤੇ ਯਕੀਨ ਆ ਵੀ ਕੋਈ ਕਹਿ ਦੂਗਾ ਮੈਂ ਤੈਨੂੰ ਰੋੜ ਦੂੰਗਾ ਤਾਂ ਇੰਨੀ ਛਿੱਤੀ ਤਾਂ ਨਹੀਂ ਮੈਂ ਰੋੜਦਾ ਵੀ ਇੱਕ ਰੀ ਦਾ ਗਾ ਤਾਂ ਮੈਂ ਵੀ ਪਾ ਸਕਦਾ ਕੋਈ ਚੱਕਰ ਨਹੀਂ ਹੁਣ ਫਿਲਮਾਂ ਦਾ ਵੀ ਪਲਾਨ ਹੈ ਬਿਲਕੁਲ ਹੈਗਾ ਜੀ ਬਸ ਰਾਈਟ ਸਕ੍ਰਿਪਟ ਜਿਹੜੀ ਆ ਲੱਭ ਰਹੇ ਆ ਇਸ ਵਾਰ ਇੰਡੀਆ ਗਈ ਸੀ ਬੜੀਆ ਟੂਰ ਰਿਹਾ ਬਹੁਤ ਚਾਰ ਮਹੀਨੇ ਦੇ ਵਿੱਚ ਬਹੁਤ ਵਧੀਆ ਵਧੀਆ ਸ਼ੋਅਜ਼ ਕੀਤੇ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਉਹ ਚੀਜ਼ਾਂ ਹੋਈਆਂ ਇੰਤ ਕੰਡੀਆ ਜਿਨ੍ਹਾਂ ਬਾਰੇ ਮੈਂ ਤੱਕ ਦੇ ਸੋਚਿਆ ਨਹੀਂ ਸੀ ਜਿਹੜੇ ਮੈਨੂੰ ਲੱਗਦੇ ਉਹਨਾਂ ਨੇ ਵੀ ਨਹੀਂ ਸੀ ਸੋਚਿਆ ਕਦੇ ਵੀ ਇਹ ਕਰੂਗਾ ਪਰ ਹੋਊਗੇ ਉਹ ਬਾਬੇ ਦੀ ਕਿਰ ਪਰ ਹੁਣ ਮੈਂ ਹੀ ਮੇਰਾ ਹੀ ਪਲਾਨ ਹੈ ਵੀ ਜੋ ਮੈਂ ਇੰਡੀਆ ਸੀਗਾ ਮੇਰੇ ਕੋ ਕਾਫੀ ਸਕ੍ਰਿਪਟਾਂ ਆਈਆਂ ਆ ਵੀ ਆ ਮੂਵੀ ਕਰੋ ਜੀ ਆ ਮੂਵੀ ਕਰੋ ਮੈਂ ਨਹੀਂ ਚਾਹੁੰਦਾ ਵੀ ਮੈਂ ਬਸ ਮੂਵੀ ਦੇ ਨਾਮ ਨੂੰ ਮੂਵੀ ਕਰ ਦਵਾਂ ਤੇ ਮੁੜ ਕੇ ਉਹ ਚੱਲੇ ਨਾ ਬਸ ਤਾਂ ਜਾਂ ਲੋਕਾਂ ਨੂੰ ਪਸੰਦ ਨਾ ਆਵੇ ਤੇ ਉਹ ਮੇਰਾ ਕੈਰੈਕਟਰ ਨਾ ਹੋਵੇ ਮੈਂ ਚਾਹੁੰਦਾ ਵੀ ਮੈਂ ਉਹੀ ਮੂਵੀ ਕਰਾਂ ਜਿਹੜੀ ਲੋਕਾਂ ਨੂੰ ਵਧੀਆ ਲੱਗੇ ਤੇ ਕੁਝ ਡਿਫਰੈਂਟ ਹੋਵੇ ਜੇ ਮੈਨੂੰ ਸਕ੍ਰਿਪਟ ਨਾ ਮਿਲੀ ਤਾਂ ਮੈਂ ਆਪ ਲਿਖਣ ਤੇ ਦਾ ਹੈਗਾ ਹੀ ਆ ਫਿਰ ਮੈਂ ਆਪ ਲਿਖ ਲਊਗਾ ਜੀ ਫੈਨਸ ਨਾਲ ਇੰਟਰੈਕਟ ਕਰਦੇ ਹੁੰਨੇ ਉਹ ਰੈਗੂਲਰ ਬੇਸਿਸ ਤੇ ਬਿਲਕੁਲ ਕਰੀਦਾ ਜੀ ਮੈਂ ਇੰਸਟਾਗ੍ਰam ਲਾਈਵ ਲੂਜ਼ ਘਟ ਦੇਣਾ ਜਿਹੜੀ ਕਿ ਮੇਰੀ ਇੱਕ ਵੀਕਨੈਸ ਹੈ ਮੈਂ ਬਹੁਤ ਘਟ ਦੇਣਾ ਕਿਉਂਕਿ ਮੈਂ ਆਪਣੇ ਬਾਰੇ ਲੋਕਾਂ ਨੂੰ ਦੱਸਦਾ ਨਹੀਂ ਮੈਂ ਬਹੁਤ ਘੱਟ ਦੱਸਦਾ ਪਰ ਜਿਹੜੇ ਲੋਕ ਦੱਸਦੇ ਆ ਆਪਣੇ ਬਾਰੇ ਉਹ ਕਾਮਯਾਬ ਨੇ ਹਨਾ ਚਲੋ ਕਾਮਯਾਬ ਮਾੜੀ ਮੋਟੀ ਅਸੀਂ ਵੀ ਹੋਗੇ ਜੋ ਵੀ ਆ ਪਰ ਮੈਂ ਆਪਣੇ ਬਾਰੇ ਦੱਸਦਾ ਘੱਟਾਂ ਪਰ ਇੰਟਰੈਕਸ਼ਨ ਫੈਨਸ ਨਾਲ ਜਿਹੜੀ ਇੰਡੀਆ ਜਾ ਕੇ ਹੁੰਦੀ ਆ ਉਹਦਾ ਇੱਥੇ ਸਵਾਦ ਨਹੀਂ ਆਉਂਦਾ ਉੱਥੇ ਜਾ ਕੇ ਬਹੁਤ ਲੋਕ ਹਨਾ ਕਿਸੇ ਵੀ ਪਿੰਡ 'ਚ ਮੇਲਾ ਲਾਉਣ ਜਾਂਦੇ ਆ ਜਾਂ ਕਿਸੇ ਟੂਰਨਾਮੈਂਟ ਦੇ ਜਾਂ ਕਿਤੇ ਕਿਤੇ ਕਾਨਸਰਟ ਆ ਉੱਥੇ ਲੋਕਾਂ ਨੂੰ ਤੁਸੀਂ ਬਾਈ ਫੇਸ ਦੇਖਦੇ ਹੋ ਹਨਾ ਤੁਹਾਡੇ ਸਾਹਮਣੇ ਖੜੇ ਹੁੰਦੇ ਨੇ ਉਹ ਸੋ ਜਿਹੜਾ ਉਹ ਉਹ ਮੁਹੱਬਤ ਹੈ ਨਾ ਜਿਹੜੀ ਉਹ ਉਹ ਲੈਣ ਦਾ ਬਹੁਤ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ ਦਿਲੋਂ ਪਿਆਰ ਕਰਦੇ ਆ ਉੱਥੇ ਨਾ ਪਰਸਨਲ ਸਪੇਸ ਦਾ ਕੋਈ ਕਨਸੈਪਟ ਹੈ ਨਹੀਂ ਹਾਂ ਜੀ ਬਿਲਕੁਲ ਜੇ ਤੁਹਾਨੂੰ ਮੁਹੱਬਤ ਕਰਦੇ ਤਾਂ ਦਿਲੋਂ ਮੁਹੱਬਤ ਕਰਦੇ ਹਾਂ ਦਾ ਹੱਕ ਹੈ ਉਹ ਬਿਲਕੁਲ ਹੋਣਾ ਚਾਹੀਦਾ ਕਈ ਲੋਕ ਖੇਜ ਜਾਂਦੇ ਆ ਵੀ ਯਾਰ ਮੈਂ ਰੋਟੀ ਖਾਈ ਇਹਨਾਂ ਤੂੰ ਆ ਗਿਆ ਕੋਈ ਚੱਕਰ ਨਹੀਂ ਮੈਂ ਤਾਂ ਉੱਠ ਕੇ ਖੜਾ ਹੋ ਜਾਣਾ ਵੀਰੇ ਆਜੋ ਜੇ ਮੈਂ ਹੁਣ ਰੋਟੀ ਖਾ ਰਿਆਂ ਤਾਂ ਮੈਂ ਉਹਦੇ ਕਰਕੇ ਹੀ ਖਾ ਰਿਆਂ ਜਿਹੜਾ ਬੰਦਾ ਮੇਰੇ ਕੋਲ ਉੱਠ ਕੇ ਆ ਰਿਹਾ ਸੋ ਮੈਂ ਇਹ ਆਲਵੇਸ ਆਪਣੇ ਦਿਮਾਗ 'ਚ ਰੱਖਦਾ ਹੁੰਦਾ ਵੀ ਕੋਈ ਚੱਕਰ ਨਹੀਂ ਹੈਗਾ ਨੋ ਪ੍ਰੋਬਲਮ ਕਦੇ ਖੇਜਣਾ ਨਹੀਂ ਇਹ ਮੇਰੇ ਤਿੰਨ ਚਾਰ ਕਸੂਲ ਨੇ ਕਦੇ ਮੂਰਲੇ ਬੰਦੇ ਨੂੰ ਮਾਰਨਾ ਨਹੀਂ ਪਾਉਣਾ ਕਿਉਂਕਿ ਉਹ ਤੁਹਾਡੇ ਕੋਲ ਤਾਂ ਆਇਆ ਚੱਲ ਕੇ ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ ਉਥੇ ਨੂੰ ਪਿਆਰ ਕਰਦਾ ਤਾਂ ਆ ਆਪ ਦਾ ਟਾਈਮ ਕੱਢ ਕੇ ਆਪਣੇ ਘਰ ਦੇ ਛੱਡ ਕੇ ਰਾਤ ਨੂੰ 2 2 ਵਜੇ ਤੱਕ ਆਪਣੇ ਰੂਮ ਦੇ ਬਾਹਰ ਲੋਕ ਖੜੇ ਹੁੰਦੇ ਸੀਗੇ ਉੱਥੇ ਵੀ ਬਾਈ ਤੈਨੂੰ ਮਿਲਣ ਆਇਆ ਦੇਖਣ ਆਇਆ ਇੱਕ ਤਾਂ ਇਹ ਕਹਿੰਦੇ ਸੀ ਬਾਈ ਫੋਟੋ ਨਖ ਚਾ ਯਾਰ ਬਸ ਆਏ ਕਹਦੇ ਸੋ ਚੀਜ਼ ਦੇਖ ਕੇ ਥੋੜਾ ਜਿਹਾ ਬਲੰਡ ਹੋ ਜਾਂਦਾ ਵੀ ਬੰਦੇ ਨੂੰ ਯਾਰ ਵੀ ਸੱਚੀ ਇਹਨੇ ਜੋ ਹੈ ਨਹੀਂ ਸੀ ਤੁਸੀਂ ਕੀਤਾ ਸੋ ਕੁਝ ਜ਼ਕਰ ਨਹੀਂ ਹੈਗਾ ਮੈਂ ਤਾਂ ਹਲੇ ਵੀ ਕੀ ਕਹਣਾ ਇੰਡੀਆ ਜਾਊਂਗਾ ਜਿੰਨਾਂ ਨਾਲ ਮੈਨੂੰ ਮੌਕਾ ਮਿਲਿਆ ਜਿੰਨੇ ਵੀ ਲੋਕ ਕਈ ਵਾਰ ਟੈਟੂ ਬਣਾਈ ਫਿਰਦੇ ਬਾਹਾਂ ਤੇ ਫੋਟੋਆਂ ਬਣਾਈ ਹੋਈਆਂ ਅੱਛਾ ਸ਼ਹਿਨਾਜ਼ ਗਿਲ ਨੇ ਤੁਹਾਡਾ ਟੈਟੂ ਬਣਾਇਆ ਹੋਇਆ ਸੁਣਿਆ ਉਹਦੇ ਬਾਰੇ ਹੁਣ ਮੈਂ ਕੀ ਕਹਾਂ ਜੀ ਪਰ ਕਈ ਚਾਹਣ ਵਾਲੇ ਹੈਗੇ ਆ ਜਿਹੜੇ ਮੁੰਡੇ ਆ ਕਈ ਹੈ ਨਾ ਮੁੰਡੇ ਉਹਨਾਂ ਨੇ ਬਣਾਈ ਹੋਈਆਂ ਫੋਟੋ ਵਗੈਰਾ ਮੈਂ ਦੇਖਦਾ ਹਾਂ ਨਾ ਵੀ ਯਾਰ ਮੈਨੇ ਚੁੱਕਾ ਹੈ ਨਹੀਂ ਤੁਸੀਂ ਕੀਤਾ ਵੀ ਆਪਣੇ ਬੇਬੇ ਬੱਪੂ ਦੀ ਫੋਟੋ ਬਣਾਜੋ ਕੁਝ ਵੀ ਪਰ ਉਹ ਕਹਿੰਦੇ ਬਈ ਉਹ ਵੀ ਬਣਾਉਣੀ ਆ ਪਰ ਤੇਰੀ ਵੀ ਬਣਾਰੀ ਕਿਉਂਕਿ ਤੂੰ ਸਾਡਾ ਰੋਲ ਮਾਡਲ ਹੈ ਸੋ ਜਦੋਂ ਮੈਨੂੰ ਇਹ ਗੱਲ ਕਹਿ ਦਿੰਦੇ ਆ ਤਾਂ ਮੈਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਇੱਕ ਥਾਂ ਤੇ ਪਰ ਇੱਕ ਥਾਂ ਤੇ ਐ ਵੀ ਹੁੰਦਾ ਵੀ ਯਾਰ ਤੁਹਾਡਾ ਰੋਲ ਮਾਡਲ ਤੁਹਾਡਾ ਬਾਪੂ ਹੋਣਾ ਚਾਹੀਦਾ ਪਰ ਉਹ ਕਹਿੰਦੇ ਬਾਈ ਜੋ ਤੂੰ ਕੀਤਾ ਅਸੀਂ ਉਹ ਕਰਨਾ ਸੋ ਮੈਨੂੰ ਉਹ ਚੀਜ਼ ਵਧੀਆ ਲੱਗਦੀ ਆ ਸੋ ਮੈਂ ਜਦੋਂ ਵੀ ਹੁਣ ਇੰਡੀਆ ਜਾਣਾ ਉਹ ਸਾਰੇ ਬੰਦੇ ਨੂੰ ਸੁਨੇਹਾ ਜੀ ਜਿਨ੍ਹਾਂ ਨੇ ਵੀ ਮੇਰੇ ਟੈਟੂ ਬਣਾਏ ਨੇ ਬਾਹਾਂ ਤੇ ਜਾਂ ਫੋਟੋ ਬਣਾਈਏ ਨੇ ਜਿਨ੍ਹਾਂ ਨੇ ਨਹੀਂ ਵੀ ਬਣਾਏ ਜਿੰਨੇ ਜਣੇ ਨਾਲ ਹੋ ਸਕਿਆ ਮੈਂ ਬੈਠ ਕੇ ਡਿਨਰ ਕਰੂੰਗਾ ਉੱਥੇ ਥੈਟਸ ਵੰ ਮੱਠੂ ਵੀ ਆਨੈਸਟੀ ਮੈਂ ਐਵੇਂ ਝੂਠੀ ਬੋਲੂਗਾ ਮੈਂ ਉਹਨੂੰ ਸੁਣਦਾ ਰਿਹਾ ਉਹਨੂੰ ਸੁਣਦਾ ਰਿਹਾ ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਜਦੋਂ ਮੈਂ ਲਿਖਣ ਲੱਗ ਗਿਆ ਤੇ ਜਦੋਂ ਮੈਂ ਗਾਉਣ ਲੱਗ ਗਿਆ ਮੈਂ ਗਾਉਂਦਾ ਗਾਉਂਦਾ ਮੈਂ ਮਣਮੂਨ ਵਾਰਿਸ ਨੂੰ ਬਹੁਤ ਸੁਣਦਾ ਰਿਹਾ ਉਹਨਾਂ ਜਿੰਨਾਂ ਵਧੀਆ ਗਾਉਣਾ ਤਾਂ ਮੈਨੂੰ ਨਹੀਂ ਆਇਆ ਪਰ ਉਹਨਾਂ ਚ ਵੀ ਜੇ ਤੁਸੀਂ ਕਦੇ ਦੇਖੋਗੇ ਤਾਂ ਇਹ ਝਲਕ ਆਉਂਦੀ ਹੈ ਵੀ ਆਲਵੇਸ ਕਾਮ ਹੁੰਦੇ ਨੇ ਤੇ ਪ੍ਰੋਪਰ ਲੇਟ ਬੈਕ ਉਹਨਾਂ ਦੀ ਪਰਸਨੈਲਿਟੀ ਹੈ ਵੀ ਬੜਾ ਬੋਲਦੇ ਨਹੀਂ ਹੈ ਨਾ ਬੜੀ ਹਾਸਮੁਖ ਜਿਹਾ ਸੁਭਾ ਸੋ ਮੈਨੂੰ ਲੱਗਦਾ ਵੀ ਉਹ ਵੀ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਪਿਆ ਤੇ ਇੱਕ ਮੇ ਤੇ ਉਹਨਾਂ ਤੋਂ ਵੀ ਬਹੁਤ ਪ੍ਰਭਾਵ ਪਿਆ ਮੈਨੂੰ ਕਰਨ ਇੱਕ ਖਾਸ ਸੁਨੇਹਾ ਤੁਹਾਡੇ ਵਾਸਤੇ ਹਾਂਜੀ ਕਨੈਕਟ ਐਫ ਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਨਮੋਣ ਵਾਰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੋਏ ਤਰਨਮ ਹੁਣੀ ਕੱਲ ਦੱਸਿਆ ਕਿ ਉਹਨਾਂ ਦੇ ਸ਼ੋਅ 'ਚ ਸਾਡਾ ਛੋਟਾ ਵੀਰ ਕਰਨ ਔਜਲਾ ਆ ਰਿਹਾ ਅੱਜ ਕਰਨ ਔਜਲਾ ਨਾਲ ਕਈ ਗੱਲਾਂ ਸਾਡੀਆਂ ਸਾਂਝੀਆਂ ਪਹਿਲੀਆਂ ਤੇ ਕਿ ਕੈਨੇਡਾ ਦੇ ਸਰੀ ਏਰੀਆ ਨੇ ਬਹੁਤ ਪੰਜਾਬੀ ਸੰਗੀਤ ਨੂੰ ਸਟਾਰ ਦਿੱਤੇ ਆ ਤੇ ਕਰਨ ਨੇ ਉਹ ਰਵਾਇਤ ਅਗਲੀ ਪੀੜ੍ਹੀ 'ਚ ਵੀ ਜਾਰੀ ਰੱਖੀ ਆ ਦੂਜੀ ਗੱਲ ਇਹ ਕਿ ਉਹ ਮੇਰਾ ਤੇ ਮੇਰੇ ਭਰਾਵਾਂ ਦਾ ਬਚਪਨ ਤੋਂ ਫੈਨ ਆ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਪਰ ਕਰਨੇ ਪਹਿਲਾਂ ਤੋਂ ਇਦਾਂ ਹੀ ਹੁੰਦਾ ਆ ਅਸੀਂ ਛੋਟੇ ਹੁੰਦੇ ਕੁਲਦੀਪ ਮਾਨਕ ਸਾਹਿਬ ਦੇ ਸ਼ੌਂਕੀ ਸਾਹਿਬ ਦੇ ਫੈਨ ਸੀਗੇ ਤੂੰ ਸਾਡਾ ਫੈਨ ਆ ਤੇ ਕੱਲ ਵਾਲੀ ਪੀੜੀ ਆਉਣ ਵਾਲੀ ਪੀੜੀ ਤੇਰੀ ਫੈਨ ਮੇਰੀਆਂ ਬਹੁਤ ਦੁਆਵਾਂ ਤਰੱਕੀਆਂ ਕਰੋ ਖੁਸ਼ੀਆਂ ਮਾਣੋ ਤੇ ਆਪਣੇ ਸਰੋਤਿਆਂ ਨੂੰ ਖੁਸ਼ੀਆਂ ਵੰਡੋ ਧੰਨਵਾਦ ਕੀ ਆਵਾਜ਼ ਹੈ ਮਿਹਰਬਾਨੀ ਥੈਂਕ ਯੂ ਸੋ ਮਚ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਦੇ ਵੀ ਕਦੇ ਵੀ ਬਹੁਤ ਖੁਸ਼ੀ ਹੋਈ ਥੈਂਕ ਯੂ ਸੋ ਮਚ ਤੁਹਾਡਾ ਵੀ ਤੇ ਵਾਰਿਸ ਪਾਜੀ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਿੰਨੀ ਮੁਹੱਬਤ ਇੰਡਸਟਰੀ ਤੋਂ ਜਿਹੜੇ ਇਨਸਾਨ ਨੂੰ ਮਿਲ ਰਹੀ ਹੈ ਇੰਨੀ ਹੱਲਾ ਸ਼ੇਰੀ ਮਿਲ ਰਹੀ ਹੈ ਇਹਨਾਂ ਆਸ਼ੀਰਵਾਦ ਮਿਲ ਰਿਹਾ ਇਸ ਇੰਡਸਟਰੀ ਦੇ ਵਿੱਚ ਤਾਂ ਅਕਸਰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਜ਼ਿਆਦਾ ਮਿਲਦੇ ਨੇ ਬਿਲਕੁਲ ਜੀ ਆਸ਼ੀਰਵਾਦ ਦੇਣ ਵਾਲੇ ਦਿਲੋਂ ਤੁਹਾਨੂੰ ਦੁਆਵਾਂ ਦੇਣ ਵਾਲੇ ਦਿਲੋਂ ਤੁਹਾਨੂੰ ਦੁਆਵਾਂ ਦੇਣ ਵਾਲੇ ਬਹੁਤ ਘੱਟ ਮਿਲਦੇ ਕਰਨ ਸੋ ਯੂ ਆਰ ਲੱਕੀ ਯੂ ਆਰ ਫੋਰਚਨਟ ਥੈਂਕ ਯੂ ਸੋ ਮਚ भी बहुत करन थोड़े जो सुने उसने तो इसे तरह सुनते रहो कमानी वन पॉइंट फाइव रेडियो करन औजला के खास मुलाकात स्पॉन्सर की थी, थिंक इंश्योरेंसिंदर <laughs>